ਸੋਸ਼ਲ ਮੀਡੀਆ ਤੇ ਕਈ ਲੋਕ ਰਾਤੋ ਰਾਤ ਸਟਾਰ ਬਣ ਜਾਂਦੇ ਹਨ ਅਤੇ ਉਹਨਾਂ ਦੇ ਫੋਲੋਅਰ ਉਹਨਾਂ ਦੀ ਹਰ ਇੱਕ ਵੀਡੀਓ ਨੂੰ ਫੋਲੋ ਕਰਦੇ ਨੇ ਅਤੇ ਉਹਨਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਨੇ। ਅਜਿਹੇ ਦੇ ਵਿੱਚ ਇੱਕ ਮਾਮਲੇ ਦੇ ਵਿੱਚ ਜਲੰਧਰ ਦੀ ਰਹਿਣ ਵਾਲੀ ਇੱਕ ਇੰਸਟਾਗ੍ਰਾਮ ਸਟਾਰ ਕੁੜੀ ਪਰਮ ਪਾਇਲ ਨੇ ਪੁਲਿਸ ਦੀ ਗੱਡੀ ਦੀ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ ਸੀ, ਜਿਸ ਦੇ ਵਿੱਚ ਉਹ ਪੁਲਿਸ ਦੀ ਗੱਡੀ ਦੇ ਉੱਪਰ ਬੈਠ ਕੇ ਡਾਂਸ ਕਰ ਰਹੀ ਸੀ, ਜੋ ਕਿ ਕਾਫੀ ਵਾਇਰਲ ਹੋ ਗਈ ਸੀ। ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਵੀ ਇਸ ਵੀਡੀਓ ਨੇ ਖੜੇ ਕੀਤੇ ਸਨ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਪੁਲਿਸ ਪ੍ਰਸ਼ਾਸਨ ਦੇ ਵਿੱਚ ਹੜਕੰਪ ਮੱਚ ਗਿਆ ਸੀ ਅਤੇ ਹੁਣ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਸਟਾਰ ਲੜਕੀ ਪਰਮ ਪਾਇਲ ਨੇ ਵੀਡੀਓ ਬਣਾ ਕੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਸਨੇ ਇਸ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ। ਉਸਨੇ ਕਿਹਾ ਕਿ ਉਸਦਾ ਅਜਿਹਾ ਕੋਈ ਵੀ ਮੰਤਵ ਨਹੀਂ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ। ਲੜਕੀ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਸਨੂੰ ਇਹ ਸਭ ਕੁਝ ਨਹੀਂ ਪਤਾ ਸੀ। ਜੀ ਸਾਰਿਆਂ ਨੂੰ ਕਿਵੇਂ, ਤੁਸੀਂ ਸਾਰੇ ਹੋਪਸੋ ਸਾਰੇ ਵਧੀਆ ਹੋਣਗੇ। ਕੱਲ੍ਹ ਦੀ ਰਾਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਪਾਇਲ ਪਰਮ ਪੁਲਿਸ ਵਾਲੀ ਗੱਡੀ 'ਤੇ ਇੱਦਾਂ ਕਰ ਰਹੀ ਹੈ, ਉਹ ਕਰ ਰਹੀ ਆ। ਐਕਚੁਅਲ 'ਚ ਮੇਰੇ ਫਰੈਂਡ ਦਾ ਬਰਥਡੇ ਸੀਗਾ, ਸਰ ਵੀ ਉੱਥੇ ਆਏ ਹੋਏ ਸੀਗੇ ਜਿਨ੍ਹਾਂ ਦੀ ਗੱਡੀ ਸੀਗੀ। ਆਪਾਂ ਨੋਰਮਲੀ ਬੈਠੇ ਸੀਗੇ ਅਤੇ ਮੈਂ ਉੱਥੇ ਨੋਰਮਲੀ ਅਸੀਂ ਕਹਿ ਰਹੇ ਸੀ ਕਿ ਚਲੋ ਵੀਡੀਓ ਬਣਾਉਂਦੇ ਹਾਂ। ਮੈਂ ਇੱਦਾਂ ਹੀ ਵੀਡੀਓ ਚੱਕ ਕੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕਰਤੀ ਅਤੇ ਮੈਂ ਤਾਂ ਨੋਰਮਲੀ ਪਾਈ ਸੀਗੀ, ਮੈਨੂੰ ਕੀ ਪਤਾ ਸੀ ਐਡਾ ਵੱਡਾ ਇਸ਼ੂ ਕ੍ਰੀਏਟ ਹੋ ਜਾਣਾ, ਆਹ ਚੀਜ਼ ਨਾਲ ਇਹ ਚੀਜ਼ ਹੋ ਜਾਣੀ ਆ। ਅਤੇ ਉਹ ਗਲਤੀ ਨਾਲ ਵੀਡੀਓ ਪਾਤੀ ਅਤੇ ਲੋਕਾਂ ਨੇ ਇੰਨੀ ਜ਼ਿਆਦਾ ਵਾਇਰਲ, ਮੀਡੀਆ ਵਾਲੇ ਨੇ ਇੰਨੀ ਜ਼ਿਆਦਾ ਵਾਇਰਲ ਕਰਤੀ ਆ ਕਿ ਇੱਦਾਂ ਦੀ ਕੋਈ ਗੱਲ ਵੀ ਨਹੀਂ ਸੀਗੀ, ਹੈ ਨਾ, ਕਿ ਕੋਈ ਬਣਦਾ ਵੀ ਨਹੀਂ ਸੀਗਾ ਇੰਨੀ ਵਾਇਰਲ ਕਰਨ ਦਾ। ਅਤੇ ਉਹ ਗਲਤੀ 'ਚ ਚਲੋ ਮੇਰੇ ਨਾਲ ਪੈ ਗਈ ਆ, ਸੋਰੀ ਉਹਦੇ ਲਈ। ਪਰ ਇਹ ਗਲਤ ਹੈ ਕਿ ਯਾਰ ਨੋਰਮਲੀ ਅਸੀਂ ਤਾਂ ਆਪਣਾ ਸਮਝ ਕੇ ਪਾਈ ਸੀਗੀ ਅਤੇ ਲੋਕ ਉਹਨੂੰ ਉਲਟ ਪਾਸੇ ਲੈ ਕੇ ਜਾ ਰਹੇ ਆ। ਉੱਥੇ ਹੀ ਵੀਡੀਓ ਨੂੰ ਲੈ ਕੇ ਪੈਦਾ ਹੋਏ ਵਿਵਾਦ ਬਾਰੇ ਜਲੰਧਰ ਦੇ DCP ਨੇ ਕਿਹਾ ਕਿ ਥਾਣਾ ਸਦਰ ਦੇ ਇੰਚਾਰਜ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ। ਕਿਉਂਕਿ ਸਰ ਇੱਕ ਵੀਡੀਓ ਵਾਇਰਲ ਹੋ ਗਈ ਸੀ SHO ਦੀ ਗੱਡੀ ਦੇ ਉੱਤੇ ਲੜਕੀ ਵੱਲੋਂ ਜਿਹੜਾ ਫੋਟੋਸ਼ੂਟ ਕਰਾਇਆ ਜਾ ਰਿਹਾ ਸੀ ਅਤੇ ਉਸ ਤੋਂ ਬਾਅਦ ਪੁਲਿਸ ਕੀ ਜਾਂਚ? ਫਿਲਹਾਲ ਮੁੱਢਲੀ ਜਿਹੜੀ ਹੈਗੀ ਇਨਕੁਆਇਰੀ ਕਰਨ ਦੇ ਹਿੱਤ ਦੇ ਨਾਲ ਜਿਹੜੇ SHO ਇੰਸਪੈਕਟਰ ਅਸ਼ੋਕ ਕੁਮਾਰ ਹੈਗੇ ਸੀ ਉਹਨਾਂ ਨੂੰ ਪੁਲਿਸ ਲਾਈਨ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ ਤਾਂ ਜੋ ਜਿਹੜੀ ਹੈਗੀ ਆ ਇਹਦੀ ਪੜਤਾਲ ਜਿਹੜੀ ਹੈ ਸਹੀ ਤਰੀਕੇ ਨਾਲ ਕੀਤੀ ਜਾਵੇ। ਸਰ ਹੋਰ ਵੀ ਵੀਡੀਓ ਜਿਹੜੀ ਲੜਕੀ ਦੀ ਵਾਇਰਲ ਹੋ ਰਹੀਆਂ, ਜੋ ਹੈ ਬੰਦੂਕ ਨੂੰ ਪ੍ਰਮੋਟ ਕੀਤਾ ਜਾ ਰਿਹਾ, ਡੱਬ ਦੇ ਉੱਤੇ ਲਗਾਈ ਹੈ, ਦੇਖਣ ਨੂੰ ਮਿਲ ਰਿਹਾ ਕਿਹੜੀ ਬੰਦੂਕ ਹੈ, ਸਰਕਾਰੀ ਸ਼ੋ? ਨਹੀਂ, ਉਹ ਮੈਂ ਵੀ ਵੀਡੀਓ ਦੇਖੀ ਆ, ਉਹਦੇ ਵਿੱਚ ਜਿਹੜੀ ਹੈਗੀ ਆ ਮੁੱਢਲੀ ਦੇਖ ਤੋਂ ਨਹੀਂ ਲੱਗਦਾ ਹੈਗਾ ਕਿ ਉਹ ਸਰਕਾਰੀ ਹੈਗੀ ਹੈ, ਕਿਉਂਕਿ ਉਹ ਜਿਹੜਾ ਹੈਗਾ ਪਿਸਟਲ ਜਿਹੜਾ ਹੈਗਾ ਟੋਏ ਪਿਸਟਲ ਜਾਂ ਦੂਸਰਾ ਉਹ ਪੜਤਾਲ 'ਚ ਹਾਲੇ ਨਹੀਂ ਆਇਆ। ਬਟ ਉਹ ਪਹਿਲੀ ਦੇਖ ਤੋਂ ਜਿਹੜਾ ਕਿ ਸਰਕਾਰੀ ਪਿਸਟਲ ਨਹੀਂ ਹੈ, ਨਾ ਹੀ ਇਸ ਤਰ੍ਹਾਂ ਦੀ ਸਾਡੇ ਕੋਲ ਕੋਈ ਸਰਕਾਰੀ ਪਿਸਟਲ ਉਹਦੇ ਵੱਲੋਂ ਲਹਿਰਾਏ ਜਾਣ ਦੀ ਕੋਈ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਇਨਫੋਰਮੇਸ਼ਨ। ਇਹ ਸਾਰਾ ਵਿਸ਼ਾ ਹੈਗਾ ਪੜਤਾਲ ਦਾ ਹੈਗਾ, ਇਨਕੁਆਇਰੀ ਜਿਹੜੀ ਹੈਗੀ ਹੈ ਦੀ ਜਿਹੜੇ ਕੰਸਰਨਡ ਅਫੀਸਰਸ ਹੈਗੇ ਨੇ ਉਹ ਕਰਕੇ ਸਾਨੂੰ ਰਿਪੋਰਟ ਦੇ ਦੇਣਗੇ ਆਪਣੇ। ਨਹੀਂ, ਇਹਦੇ ਵਿੱਚ ਜਿਹੜੇ ਹੈਗੇ ਸੀ SHO ਉਹਨਾਂ ਨੂੰ ਲਾਈਨ ਹਾਜ਼ਰ ਕੀਤਾ ਹੈ। ਬਾਕੀ ਜੇ ਅਗਰ ਕਿਸੇ ਵੀ ਮੁਲਾਜ਼ਮ ਦਾ ਕੋਈ ਕਿਸੇ ਦਾ ਮਿਸਕੰਡਕਟ ਸਾਹਮਣੇ ਆਉਂਦਾ ਤਾਂ ਬਣਦੀ ਕਾਰਵਾਈ ਕੀਤੀ। ਇਨਕੁਆਇਰੀ ਦਾ ਹੈਗਾ, ਜੇ ਇਨਕੁਆਇਰੀ ਦੀ ਫਾਈਂਡਿੰਗ ਜੇ ਅਗਰ ਕਿਸੇ ਜੋ ਵੀ ਕਸੂਰਵਾਰ ਆਇਆ ਉਹਦੇ ਖਿਲਾਫ਼ ਕਾਰਵਾਈ। SMJ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।